ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਡਾਕਟਰ ਹਰਮਨ ਜੀਰਾ। ਦੋਸਤੋ, ਵਧੇ ਹੋਏ ਪੇਟ ਨੂੰ ਘੱਟ ਕਰਨ ਲਈ, ਪੇਟ ਦੀ ਚਰਬੀ ਨੂੰ ਘਟਾਉਣ ਲਈ ਅੱਜ ਮੈਂ ਤੁਹਾਨੂੰ 5 ਚੀਜ਼ਾਂ ਦੱਸੂੰਗਾ। ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਅਤੇ ਅੱਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਦੋਸਤੋ, ਅਸੀਂ ਬਹੁਤ ਕਸਰਤਾਂ ਕਰਦੇ ਹਾਂ, ਡਾਈਟਿੰਗ ਕਰਦੇ ਹਾਂ ਆਪਦੇ ਪੇਟ ਨੂੰ ਘਟਾਉਣ ਲਈ। ਸਾਡਾ ਭਾਰ ਤਾਂ ਘੱਟ ਹੋ ਜਾਂਦਾ, ਪਰ ਸਾਡਾ ਵਧਿਆ ਪੇਟ ਘੱਟ ਨਹੀਂ ਹੁੰਦਾ, ਇਹ ਅਖੀਰ 'ਤੇ ਜਾ ਕੇ ਘੱਟਦਾ। ਦੋਸਤੋ, ਅਸੀਂ ਕਈ ਦਵਾਈਆਂ ਵੀ ਸੇਵਨ ਕਰਦੇ ਹਾਂ ਪੇ ਭਾਰ ਨੂੰ ਘਟਾਉਣ ਲਈ, ਇਹ ਬਹੁਤ ਬੁਰਾ ਪ੍ਰਭਾਵ ਪਾਉਂਦੀਆਂ ਸਾਡੀ ਸਿਹਤ 'ਤੇ। ਸੋ ਕਦੇ ਵੀ ਦਵਾਈਆਂ ਦੇ ਰਸਤੇ ਨਾ ਜਾਓ, ਦਵਾਈਆਂ ਨਾਲ ਕਦੇ ਵੀ ਭਾਰ ਘਟਾਉਣਾ ਨਹੀਂ ਚਾਹੀਦਾ। ਅਤੇ ਦੋਸਤੋ, ਵਧਿਆ ਹੋਇਆ ਪੇਟ ਇਕੱਲਾ ਇਹ ਨਹੀਂ ਗਾ ਵੀ ਦੇਖਣ 'ਚ ਬੁਰਾ ਲੱਗਦਾ ਇਹਨੂੰ ਤਾਂ ਘਟਾਉਣਾ। ਦੋਸਤੋ, ਇਹਦੇ ਸਾਡੇ ਸਰੀਰ 'ਤੇ ਹੋਰ ਵੀ ਬੜੇ ਮਾੜੇ ਪ੍ਰਭਾਵ ਆ। ਜਿੰਨਾ ਸਾਡਾ ਪੇਟ ਬਾਹਰ ਨੂੰ ਵਧਿਆ ਹੁੰਦਾ, ਉਨੀ ਸਾਡੇ ਅੰਗਾਂ ਦੁਆਲੇ ਸਾਡੇ ਜਿਹੜੇ ਵਿਸਰਲ ਫੈਟ ਹੁੰਦੀ ਆ, ਅੰਗਾਂ ਦੁਆਲੇ ਫੈਟ ਹੁੰਦੀ ਆ, ਉਨੀ ਅੰਦਰ ਜਮ੍ਹਾਂ ਹੋ ਜਾਂਦੀ, ਜਿਹੜੀ ਸਾਡੇ ਸਰੀਰ 'ਚ ਬਿਮਾਰੀਆਂ ਨੂੰ ਸੱਦਾ ਦਿੰਦੀ, ਦਿਲ ਦੀਆਂ ਬਿਮਾਰੀਆਂ ਨੂੰ ਖਾਸ ਕਰਕੇ। ਸੋ ਇਹਨੂੰ ਘਟਾਉਣਾ ਬਹੁਤ ਜ਼ਰੂਰੀ ਆ। ਚਲੋ ਦੋਸਤੋ, ਆਓ ਅਸੀਂ ਗੱਲ ਕਰਦੇ ਹਾਂ ਉਹਨਾਂ 5 ਚੀਜ਼ਾਂ ਦੀ, ਜਿਨ੍ਹਾਂ ਨਾਲ ਅਸੀਂ ਵਧੇ ਹੋਏ ਪੇਟ ਨੂੰ ਸਾਨੂੰ ਘਟਾਉਣ 'ਚ ਬਹੁਤ ਹੈਲਪ ਕਰਨਗੀਆਂ। ਦੋਸਤੋ, ਪਹਿਲਾਂ ਆਉਂਦੇ ਤਰਲ ਪਦਾਰਥ। ਦੋਸਤੋ, ਤਰਲ ਪਦਾਰਥ ਇੱਕ ਤਾਂ ਸਾਡੀ ਇਹਦੇ ਨਾਲ ਸਿਹਤ ਵਧੀਆ ਰਹਿੰਦੀ ਆ ਅਤੇ ਇਹ ਭਾਰ ਘਟਾਉਣ 'ਚ ਵੀ ਸਾਡੀ ਬਹੁਤ ਮਦਦ ਕਰਦੇ। ਸੋ ਤਰਲ ਪਦਾਰਥਾਂ ਸਭ ਤੋਂ ਪਹਿਲੇ ਨੰਬਰ 'ਤੇ ਜਾਂ ਕਹਿ ਲਓ ਵਧੀਆ ਚੀਜ਼ ਆ ਪਾਣੀ। ਸੋ ਪਾਣੀ ਸਾਨੂੰ ਵੱਧ ਤੋਂ ਵੱਧ ਮਾਤਰਾ 'ਚ ਪੀਣਾ ਚਾਹੀਦਾ, ਇਹ ਸਾਡੇ ਭਾਰ ਘਟਾਉਣ 'ਚ ਬਹੁਤ ਹੈਲਪ ਕਰਦਾ। ਦੋਸਤੋ, ਤਰਲ ਪਦਾਰਥ ਹੋਰ ਆ ਗਏ ਜਿਵੇਂ ਗ੍ਰੀਨ ਟੀ ਹੋ ਗਈ, ਕਈ ਮਾਰਕੀਟ 'ਚ ਆਉਂਦੇ ਆ ਡੀਟੌਕਸ ਵਾਟਰ, ਕਈ ਆਉਂਦੇ ਆ ਉਹ ਵੀ ਅਸੀਂ ਲੈ ਸਕਦੇ ਹਾਂ। ਫਿਰ ਬਲੈਕ ਕੌਫੀ ਹੋ ਗਈ, ਫਿਰ ਬਲੈਕ ਟੀ ਹੋ ਗਈ, ਇਹ ਸਾਨੂੰ ਭਾਰ ਘਟਾਉਣ 'ਚ ਹੈਲਪ ਕਰਦੇ ਆ। ਅਤੇ ਦੋਸਤੋ, ਜੂਸ ਅਸੀਂ ਉਹ ਲੈ ਸਕਦੇ ਹਾਂ ਜਿਨ੍ਹਾਂ 'ਚ ਖੰਡ ਦੀ ਮਾਤਰਾ, ਸ਼ੂਗਰ ਦੀ ਮਾਤਰਾ ਘੱਟ ਹੋਵੇ। ਸੋ ਤਰਲ ਪਦਾਰਥ ਲੈਣ ਨਾਲ ਕੀ ਹੁੰਦਾ, ਸਾਡਾ ਜਿਹੜਾ ਪੇਟ ਆ ਉਹ ਸਾਨੂੰ ਭਰਿਆ ਭਰਿਆ ਮਹਿਸੂਸ ਹੁੰਦਾ, ਅਤੇ ਜਿਹੜਾ ਅਸੀਂ ਭੋਜਨ ਤੋਂ ਬਾਅਦ ਵੀ ਅਸੀਂ ਵਿੱਚ ਵਿੱਚ ਸਨੈਕਸ ਲੈਂਦੇ ਰਹਿੰਦੇ ਹਾਂ, ਅਨਹੈਲਦੀ ਫੂਡ ਕਹਿ ਲਓ, ਜਿਹੜਾ ਭੋਜਨ ਸਾਡੀ ਸਿਹਤ ਲਈ ਨਹੀਂ ਵਧੀਆ ਉਹ ਅਸੀਂ ਵਿੱਚੋਂ ਵਿੱਚੋਂ ਖਾਂਦੇ ਰਹਿੰਦੇ ਦਿਨ 'ਚ, ਇਹਦੇ ਨਾਲ ਉਹ ਚੀਜ਼ ਦੀ ਉਹ ਭਲਕ ਨਹੀਂ ਪਊਗੀ, ਉਹ ਭੋਜਨ ਖਾਣ ਦੀ ਲੋੜ ਨਹੀਂ ਪੈਂਦੀ। ਸੋ ਵੱਧ ਤੋਂ ਵੱਧ ਸਾਨੂੰ ਪਾਣੀ ਪੀਣਾ ਚਾਹੀਦਾ ਦਿਨ 'ਚ। ਦੋਸਤੋ, ਦੂਜੇ ਨੰਬਰ 'ਤੇ ਆਉਂਦੀਆਂ ਸ਼ੂਗਰ ਵਾਲੀਆਂ ਚੀਜ਼ਾਂ, ਮਿੱਠੇ ਵਾਲੀਆਂ। ਦੋਸਤੋ, ਇਹਨਾਂ 'ਚ ਕੋਈ ਵੀ ਅਜਿਹੀ ਚੀਜ਼ ਨਹੀਂ ਜਿਹੜੀ ਤੁਹਾਡੀ ਸਿਹਤ ਲਈ ਵਧੀਆ ਹੋਵੇ, ਸਗੋਂ ਇਹਨਾਂ 'ਚ ਮਿੱਠਾ ਹੁੰਦਾ ਹੈ, ਇਹਨਾਂ 'ਚ ਘਿਓ ਤੇਲ ਹੁੰਦਾ, ਇਹਨਾਂ 'ਚ ਮੈਦਾ ਹੁੰਦਾ। ਬੇਸ਼ੱਕ ਇਹ ਖਾਣ 'ਚ ਬਹੁਤ ਸਵਾਦ ਲੱਗਦੀਆਂ, ਪਰ ਇਹਨਾਂ ਦੇ ਜਿਹੜੇ ਪੌਸ਼ਟਿਕ ਤੱਤ ਆ ਉਹ ਬਿਲਕੁਲ ਨੈਗੇਟਿਵ ਸਾਈਡ 'ਤੇ ਹੁੰਦੇ ਆ। ਇਹ ਕੀ ਆ, ਇਸ ਬਹੁਤ ਸਾਡੇ ਸਰੀਰ 'ਚ ਲੇਟ ਹਜ਼ਮ ਹੁੰਦਾ ਜਿਹੜਾ ਮਿੱਠਾ, ਸਗੋਂ ਇਹ ਚਰਬੀ ਦੇ ਰੂਪ 'ਚ ਸਾਡੇ ਪੇਟ 'ਚ ਸਾਡੇ ਸਰੀਰ 'ਚ ਜਮ੍ਹਾਂ ਹੋ ਜਾਂਦਾ। ਸੋ ਸ਼ੂਗਰ ਵਾਲੀਆਂ ਚੀਜ਼ਾਂ ਨੂੰ ਸਾਈਡ 'ਤੇ ਰੱਖ ਕੇ ਚੱਲੋ, ਇਹਨਾਂ ਨੂੰ ਬਿਲਕੁਲ ਬੰਦ ਕਰਨ 'ਚ ਹੀ ਫਾਇਦਾ ਹੈ। ਸੋ ਇਹਨਾਂ ਨੂੰ ਬਿਲਕੁਲ ਨਹੀਂ ਲੈਣਾ ਚਾਹੀਦਾ। ਦੋਸਤੋ, ਸਾਇੰਸ ਇਹ ਵੀ ਮੰਨਦੀ ਆ ਵੀ ਸ਼ੂਗਰ ਨੂੰ ਸਲੋ ਪੋਇਜ਼ਨ ਕਿਹਾ ਗਿਆ। ਦੋਸਤੋ, ਤੀਜੇ ਨੰਬਰ 'ਤੇ ਆਉਂਦਾ ਪ੍ਰੋਟੀਨ। ਤੁਹਾਡੇ ਭੋਜਨ 'ਚ ਪ੍ਰੋਟੀਨ ਹੋਣਾ ਬਹੁਤ ਜ਼ਰੂਰੀ ਆ। ਪ੍ਰੋਟੀਨ ਕੀ ਕਰਦਾ ਹੈ, ਇਹ ਬਹੁਤ ਲੇਟ ਹਜ਼ਮ ਹੁੰਦਾ, ਲੰਬੇ ਸਮੇਂ ਤੱਕ ਤੁਹਾਡੇ ਪੇਟ 'ਚ ਪਿਆ ਰਹਿੰਦਾ, ਤੁਹਾਨੂੰ ਐਨਰਜੀ ਦਿੰਦਾ ਹੈ, ਅਤੇ ਤੁਹਾਨੂੰ ਵਾਰ ਵਾਰ ਚੀਜ਼ਾਂ ਖਾਣ ਦੀ ਕਰੇਵਿੰਗ ਨਹੀਂ ਹੋਊਗੀ ਇਹਦੇ ਨਾਲ। ਨਹੀਂ ਤਾਂ ਤੁਸੀਂ ਅਨਹੈਲਦੀ ਚੀਜ਼ਾਂ ਵਿੱਚੋਂ ਵਿੱਚੋਂ ਸਾਰਾ ਦਿਨ ਖਾਂਦੇ ਰਹਿੰਦੇ, ਜਿਹੜੀਆਂ ਉਹ ਖਾਣ ਦੀ ਤੁਹਾਨੂੰ ਲੋੜ ਨਹੀਂ ਪਊਗੀ। ਸੋ ਪ੍ਰੋਟੀਨ ਇੱਕ ਸਿਹਤ ਲਈ ਵੀ ਬੜੀ ਵਧੀਆ ਚੀਜ਼ ਆ, ਤੁਹਾਡੇ ਮਾਸਪੇਸ਼ੀਆਂ ਨੂੰ ਵੀ ਇਹ ਤਾਕਤਵਰ ਬਣਾਉਂਦਾ। ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਤੁਹਾਡੀ ਰਸੋਈ 'ਚ ਬਹੁਤ ਜ਼ਿਆਦਾ ਪ੍ਰੋਟੀਨ ਭਰਿਆ ਹੀ ਪਿਆ ਹੈ। ਦਾਲਾਂ 'ਚ ਵੀ ਪ੍ਰੋਟੀਨ ਹੁੰਦਾ,
ਓਟਸ ਵਿੱਚ ਵੀ ਪ੍ਰੋਟੀਨ ਹੁੰਦਾ, ਆਂਡਿਆਂ 'ਚ ਵੀ ਪ੍ਰੋਟੀਨ ਹੁੰਦਾ, ਬਦਾਮਾਂ 'ਚ ਵੀ ਪ੍ਰੋਟੀਨ ਹੁੰਦਾ। ਸੋ ਹੋਰ ਵੀ ਕਾਫੀ ਚੀਜ਼ਾਂ ਜਿਨ੍ਹਾਂ ਜਿਹੜੀਆਂ ਤੁਹਾਨੂੰ ਪ੍ਰੋਟੀਨ ਦਿੰਦੀਆਂ। ਸੋ ਪ੍ਰੋਟੀਨ ਨੂੰ ਆਪਦੀ ਡਾਇਟ 'ਚ ਵਧਾਓ, ਭੋਜਨ 'ਚ ਆਪਦੇ ਨੂੰ ਪ੍ਰੋਟੀਨ ਦੀ ਮਾਤਰਾ ਵਧਾਉਣੀ ਸ਼ੁਰੂ ਕਰੋ। ਉਸ ਤੋਂ ਹੁਣ ਆਉਂਦਾ ਚੌਥੇ ਨੰਬਰ 'ਤੇ ਨਮਕ। ਨਮਕ ਨੂੰ ਵੀ ਘੱਟ ਕਰਨ ਦੀ ਬੜੀ ਲੋੜ ਆ। ਨਮਕ 'ਚ ਸੋਡੀਅਮ ਹੁੰਦਾ, ਇਹ ਸਾਡੇ ਸਰੀਰ 'ਚ ਪਾਣੀ ਨੂੰ ਜਮ੍ਹਾਂ ਕਰਦਾ, ਵਾਟਰ ਰਿਟੈਂਸ਼ਨ ਕਰਦਾ ਹੈ। ਇਹਦੇ ਨਾਲ ਕੀ ਹੁੰਦਾ, ਸਾਡੇ ਪੇਟ 'ਚ ਅਫਾਰਾ ਹੋ ਜਾਂਦਾ ਅਤੇ ਨਾਲੇ ਸਾਡਾ ਮੈਟਾਬੋਲਿਜ਼ਮ ਨੂੰ ਵੀ ਸਲੋ ਕਰਦਾ। ਮੈਟਾਬੋਲਿਜ਼ਮ ਤੋਂ ਭਾਵ ਭੋਜਨ ਤੋਂ ਪਚਣ ਤੋਂ ਬਾਅਦ ਜਿਹੜੀ ਐਨਰਜੀ ਬਣਦੀ ਹੈ, ਪੂਰੀ ਪ੍ਰਕਿਰਿਆ ਨੂੰ ਅਸੀਂ ਮੈਟਾਬੋਲਿਜ਼ਮ ਕਹਿ ਦਿੰਦੇ ਹਾਂ। ਸੋ ਇਹ ਮੈਟਾਬੋਲਿਜ਼ਮ ਸਲੋ ਹੋਣ ਦੇ ਨਾਲ ਨਾਲ ਸਾਡਾ ਭੋਜਨ ਵੀ ਲੇਟ ਹਜ਼ਮ ਹੁੰਦਾ ਅਤੇ ਭਾਰ ਘਟਾਉਣ 'ਚ ਵੀ ਇਹ ਬੜੀ ਮੁਸ਼ਕਿਲ ਆ ਜਾਂਦੀ। ਸੋ ਨਮਕ ਨੂੰ ਵੀ ਆਪਦੀ ਜ਼ਿੰਦਗੀ 'ਚ ਘੱਟ ਕਰੋ। ਦੋਸਤੋ ਨੰਬਰ 5 'ਤੇ ਆਉਂਦੇ ਆ ਸਾਬਤ ਅਨਾਜ। ਇਹਨਾਂ 'ਚ ਸਾਰੇ ਆ ਜਾਂਦੇ, ਜਿਵੇਂ ਛਿਲਕੇ ਵਾਲੀਆਂ ਦਾਲਾਂ ਹੋ ਗਈਆਂ, ਛਿਲਕੇ ਵਾਲਾ ਅਨਾਜ ਹੋ ਗਿਆ। ਦੋਸਤੋ ਇਹਨਾਂ 'ਚ ਇੱਕ ਤਾਂ ਕੰਪਲੈਕਸ ਕਾਰਬੋਹਾਈਡਰੇਟਸ ਹੁੰਦੇ ਆ ਜਿਹੜੇ ਸਾਡੇ ਸਰੀਰ 'ਚ ਹੌਲੀ ਹੌਲੀ ਪਚਦੇ ਅਤੇ ਸਾਨੂੰ ਲੰਬੇ ਸਮੇਂ ਤੱਕ ਐਨਰਜੀ ਦਿੰਦੇ ਆ ਅਤੇ ਸਾਨੂੰ ਕੁਝ ਖਾਣ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਪੂਰੇ ਦਿਨ। ਇਹਨਾਂ 'ਚ ਫਾਈਬਰ ਵੀ ਹੁੰਦਾ ਜਿਹੜਾ ਸਾਡੇ ਅੰਤੜੀਆਂ ਲਈ ਵੀ ਬੜਾ ਵਧੀਆ ਮੰਨਿਆ ਜਾਂਦਾ। ਸੋ ਇਹ ਭਾਰ ਘਟਾਉਣ 'ਚ ਸਾਡੇ ਬਹੁਤ ਹੈਲਪ ਕਰਦੇ ਆ। ਦੋਸਤੋ ਇਹ 5 ਚੀਜ਼ਾਂ ਜਿਹੜੀਆਂ ਮੈਂ ਦੱਸੀਆਂ, ਜੇ ਤੁਸੀਂ ਇਹਨਾਂ ਨੂੰ ਆਪਦੀ ਜ਼ਿੰਦਗੀ 'ਚ ਅਪਲਾਈ ਕਰ ਲਓਗੇ ਵਧੀਆ ਤਰੀਕੇ ਨਾਲ, ਤਾਂ ਤੁਹਾਡਾ ਭਾਰ ਬੜੀ ਆਸਾਨੀ ਨਾਲ, ਮੈਂ ਦਾਅਵਾ ਕਰਦਾ, ਬੜੀ ਛੇਤੀ ਘੱਟ ਹੋ ਜਾਊਗਾ। ਸੋ ਆਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅੱਗੇ, ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਅਤੇ ਮੇਰੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਅਗਲੀਆਂ ਵੀਡੀਓਆਂ ਵੇਖਣ ਲਈ ਤੁਹਾਨੂੰ ਸੌਖਾ ਹੋ ਜਾਵੇ, ਤੁਹਾਡੇ ਤੱਕ ਪਹੁੰਚ ਜਾਣ। ਸੋ ਦੋਸਤੋ ਇਜਾਜ਼ਤ ਲੈਣਾ, ਧੰਨਵਾਦ।